ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਐਂਡ ਵੈਲਕਮ ਟੂ ਅਬਿਜੀਟਿਵ ਚੈਨਲ। ਸੋ ਟਾਈਮ ਹੁਣ 12:15 ਹੋ ਗਏ ਆ ਦੁਪਹਿਰ ਦੇ। ਸੋ ਸਾਨੂੰ 1.5 ਘੰਟਾ ਹੋ ਗਿਆ ਤਿਆਰ ਹੋਏ ਨੂੰ, ਮੈਨੂੰ ਅਤੇ ਮੰਮਾ ਨੂੰ। ਅਤੇ ਅਸੀਂ ਜਾਣਾ ਹੈਗਾ ਆ ਅੱਜ ਨਵਾਂ ਸ਼ਹਿਰ, ਥੋੜ੍ਹਾ ਬਹੁਤਾ ਸਮਾਨ ਲੈਣ, ਸ਼ੋਪਿੰਗ ਵਗੈਰਾ ਕਰਨ, ਕਿਉਂਕਿ ਤੁਹਾਨੂੰ ਪਤਾ ਹੀ ਅੱਜ ਕੱਲ੍ਹ ਵਿਆਹਾਂ ਦਾ ਸੀਜ਼ਨ ਜ਼ਿਆਦਾ ਹੀ ਆ, ਤਾਂ ਵਿਆਹ ਕਾਫੀ ਜ਼ਿਆਦਾ ਆ, ਤਾਂ ਥੋੜ੍ਹੀ ਬਹੁਤੀ ਸ਼ੋਪਿੰਗ ਰਹਿੰਦੀ ਆ। ਤਾਂ ਵਿਆਹ ਖਾ ਵੀ ਲਏ ਅਸੀਂ, ਵਿਆਹ ਚੱਲ ਵੀ ਰਹੇ ਆ। ਅਤੇ ਪਹਿਲਾਂ ਡੈਡੀ ਜੀ ਅਤੇ ਨਵ ਗਏ ਹੋਏ ਸੀ ਸ਼ਹਿਰ, ਉਹਨਾਂ ਨੂੰ ਥੋੜ੍ਹਾ ਕੰਮ ਸੀ, ਤਾਂ ਫਿਰ ਉਹਨਾਂ ਦੀ ਕਾਫੀ ਟਾਈਮ ਦੀ ਵੇਟ ਕਰਦੇ ਸੀ ਅਸੀਂ, ਮੈਂ ਅਤੇ ਮੰਮਾ। ਅਤੇ ਹੁਣ ਅਸੀਂ ਤਿੰਨੇ ਹੀ ਰੈਡੀ ਐਨ, ਅਤੇ ਹੁਣ ਡੈਡੀ ਜੀ ਆ ਗਏ ਆ ਅਤੇ ਰੋਟੀ ਖਾਂਦੇ ਆ। ਤਾਂ ਫਿਰ ਹੁਣ ਅਸੀਂ ਆਈ ਥਿੰਕ 5-10 ਮਿੰਟ ਤੱਕ ਅਸੀਂ ਚੱਲ ਜਾਣਾ ਆ, ਤਾਂ ਫਿਰ ਹੁਣ ਅੱਗੇ ਜਾ ਕੇ ਮਿਲਦੇ ਹਾਂ। ਟੇਕ ਕੇਅਰ ਜੀ। ਟਾਈਮ ਹੁਣ 12:30 ਹੋ ਗਏ ਆ, ਤਾਂ ਹੁਣ ਅਸੀਂ ਚੱਲੇ ਹਾਂ ਡੈਡੀ ਜੀ ਦੇ ਨਾਲ। ਸੁਨਾ ਭੱਜ ਘਰ ਹੀ ਆ, ਅਤੇ ਹੁਣ ਗੱਡੀ ਬਾਹਰ ਹੀ ਆ, ਗੱਡੀ ਬਾਹਰ ਹੀ ਚੜ੍ਹਨ। ਨਵਾਂਸ਼ਹਿਰ ਪਹੁੰਚ ਗਏ ਹਾਂ, ਇੱਧਰ ਪਾਰਕਿੰਗ ਦੇ ਵਿੱਚ ਡੈਡੀ ਜੀ ਨੇ ਸਾਨੂੰ ਲਾ ਦਿੱਤਾ, ਅਤੇ ਡੈਡੀ ਜੀ ਅੱਗੇ ਹੁਣ ਕੰਮ 'ਤੇ ਥੋੜ੍ਹੇ ਗਏ ਆ। ਅਤੇ ਇੱਥੇ ਹੁਣ ਸਾਡੇ ਨਾਲ ਅੱਜ ਭੂਆ ਜੀ ਹੁਣੀ ਪਏ ਹੋਏ ਨੇ, ਸੋ ਹੁਣ ਭੂਆ ਜੀ ਉਹਨਾਂ ਨੂੰ ਮਿਲ ਲਈਏ, ਇੱਧਰ ਆਉਂਦੇ ਆ ਅੱਗੇ। ਸਤਿ ਸ਼੍ਰੀ ਅਕਾਲ ਭੂਆ ਜੀ। ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ ਭੂਆ ਜੀ। ਹੁਣ ਅਸੀਂ ਅੱਗੇ ਚੱਲਦੇ ਹਾਂ ਅਤੇ ਸ਼ੋਪਿੰਗ ਕਰਦੇ ਹਾਂ, ਫਿਰ ਮਿਲਦੇ ਹਾਂ। ਇੱਧਰ ਸਾਡੇ ਦੋ ਤੇਜ਼ ਬੰਦੇ, ਇਹ ਬਾਜ਼ਾਰ ਦੇ ਵਿੱਚ ਤੁਰਦੇ ਵੀ ਤੇਜ਼ ਆ ਅਤੇ ਸ਼ੋਪਿੰਗ ਲਈ ਵੀ ਤੇਜ਼। ਦੋ ਬੰਦੇ ਚੁੰਨੀਆਂ ਨੂੰ ਗੱਠਾਂ ਦਿੱਤੀਆਂ ਹੋਈਆਂ, ਨੱਠਣਾ ਪੈ ਜੂਗਾ ਕਦੇ। ਅਬਨੂਰ ਥੱਲੇ ਉੱਤਰ ਜਾ ਪੱਤਣ, ਬਸ ਅਬਨੂਰ ਕਦੇ ਉੱਧਰ ਚੈੱਕ ਹੋਈ ਜਾਂਦੀ ਕਦੇ ਉੱਧਰ। ਸੋ ਹਾਂਜੀ ਜੀ, ਸ਼ੋਪਿੰਗ ਸਾਡੀ ਹੋ ਗਈ ਆ, ਥੋੜ੍ਹੀ ਥੋੜ੍ਹੀ ਹਲੇ ਰਹਿੰਦੀ ਆ, ਚੱਲਦੀ ਆ। ਸੋ ਕੱਪੜਿਆਂ ਦੀ ਹੁਣ ਚੱਲ ਰਹੀ ਆ, ਅਤੇ ਹੁਣ ਮੈਂ ਲੈਣੀ ਹੈਗੀ ਆ ਜੁੱਤੀ। ਸੋ ਹਾਂ ਚੱਲਦੇ ਹਾਂ ਜੁੱਤੀ ਦੀ ਦੁਕਾਨ 'ਤੇ, ਅਤੇ ਜੁੱਤੀ ਲੈ ਕੇ ਫਿਰ ਮਿਲਦੇ ਹਾਂ ਤੁਹਾਨੂੰ। ਟੇਲਰ ਦੇ ਸੂਟ ਲੈ ਆਉਂਦੇ ਆ, ਅਤੇ ਹੋਰ ਵੀ ਸੀਣੇ ਦੇ ਆਉਂਦੇ ਆ, ਅਤੇ ਹੁਣ ਚੱਲਦੇ ਹਾਂ ਅੱਗੇ। ਹੁਣ ਇੱਧਰ ਅਬਨੂਰ ਨੇ ਰੌਲਾ ਪਾ ਲਿਆ ਕਿ ਮੈਂ ਟੋਇਸ ਲੈਣੇ ਆ, ਅਤੇ ਹੁਣ ਉਹਨੂੰ ਇੱਕ ਟੋਇ ਲੈ ਕੇ ਦਿੱਤਾ ਆ, ਅਤੇ ਬਟ ਹਲੇ ਵੀ ਉਹਨੂੰ ਅਸੀਂ ਦੁਕਾਨ 'ਚ ਲੈ ਕੇ ਆ ਗਏ ਹਾਂ, ਅਤੇ ਭੂਈ ਵਾਲੇ ਉੱਧਰ ਪੈਸੇ ਹਲੇ ਦਿੰਦੀ ਆ। ਸੋ ਹੁਣ ਕਿਹੜਾ ਅਬਨੂਰ ਟੋਇ ਲੈ ਕੇ ਆਈ ਆ, ਹੁਣ ਮੈਂ ਘਰ ਜਾ ਕੇ ਤੁਹਾਨੂੰ ਦਿਖਾਉਣੀ ਆ। ਹਾਂਜੀ ਜੀ, ਸ਼ੋਪਿੰਗ ਸਾਡੀ ਪੂਰੀ ਹੋ ਗਈ ਆ ਕੰਪਲੀਟ, ਅਤੇ ਹੁਣ ਚੱਲੇ ਅਸੀਂ ਘਰ ਵਾਪਸ, ਅਤੇ ਭੂਆ ਜੀ ਹੁਣੀ ਵੀ ਚਲ ਗਏ ਆ, ਅਤੇ ਹੁਣ ਅਸੀਂ ਵੀ ਇੱਧਰ ਡੈਡੀ ਜੀ ਦੇ ਨਾਲ ਚੱਲੇ ਹਾਂ ਘਰ। ਅਤੇ ਘਰ ਜਾ ਕੇ ਸਾਨੂੰ ਇੱਕ ਹੋਰ ਪ੍ਰੋਗਰਾਮ ਆ, ਅਤੇ ਜਾਗੋ 'ਤੇ ਜਾਣਾ ਆ ਅਸੀਂ ਰਾਤ, ਸਾਡੇ ਗੁਆਂਢੀਆਂ ਦੇ ਵਿਆਹ ਆ, ਅਤੇ ਹੁਣ ਭੁੱਖ ਲੱਗੀ ਆ ਅਤੇ ਕੁਲਚੇ ਅਸੀਂ ਲਏ ਆ। ਸੋ ਹੁਣ ਮੈਂ ਕੱਲ੍ਹ ਮੈਂ ਪਹਿਲਾਂ ਕੁਲਚਾ, ਅਤੇ ਫਿਰ ਘਰ ਜਾ ਕੇ ਫਿਰ ਮਿਲਦੇ ਹਾਂ। ਸੋ ਹਾਂਜੀ ਜੀ, ਸੋ ਟਾਈਮ ਹੁਣ ਸ਼ਾਮ ਦੇ ਹੋ ਗਏ ਆ 6:30, ਅਤੇ ਹੁਣ ਮੈਂ ਤੁਹਾਨੂੰ ਦੱਸਿਆ ਸੀ ਕਿ ਸਾਡੇ ਇੱਧਰ ਗੁਆਂਢੀਆਂ 'ਤੇ ਹੈਗਾ ਆ ਪ੍ਰੋਗਰਾਮ ਅੱਜ ਜਾਗੋ ਦਾ, ਅਤੇ ਮਾਈਆਂ ਲੱਗਣਾ ਆ। ਸੋ ਹੁਣ ਅਸੀਂ 10-15 ਮਿੰਟ ਤੱਕ ਉੱਥੇ ਜਾਣਾ ਆ। ਸੋ ਹੁਣ ਇੱਧਰ ਦੀਦੀ ਹੋਣੀ ਬੱਸ ਆਉਣ ਵਾਲੇ ਆ, ਅਤੇ ਸਾਨੂੰ ਆਵਾਜ਼ ਮਾਰ ਦੇਣਗੇ ਘਰ ਆ ਕੇ, ਅਤੇ ਫਿਰ ਹੁਣ ਅਸੀਂ ਜਾਣਾ ਹੈਗਾ ਉੱਥੇ। ਸੋ ਆਪਾਂ ਰੈਡੀ ਹੋ ਗਏ ਹਾਂ, ਅਤੇ ਹੁਣ ਮੰਮਾ ਨੇ ਰੋਟੀ ਵੀ ਬਣਾ ਦਿੱਤੀ ਆ ਸੰਜੇ ਅੰਕਲ ਲਈ, ਸੋ ਫਿਰ ਇੱਧਰ ਜਾਂਦੇ ਨਹੀਂ ਹੈਗੇ ਕਿਸੇ ਦੇ, ਤਾਂ ਫਿਰ ਹੁਣ ਉਹ ਇੱਥੇ ਘਰ ਰੋਟੀ ਖਾਣਗੇ, ਅਤੇ ਅਸੀਂ ਹੁਣ ਜਿੰਨਾ ਥੋੜ੍ਹਾ ਟਾਈਮ ਉੱਧਰ ਜਾਣਾ ਆ, ਅਤੇ ਜਾ ਕੇ ਫਿਰ ਘਰ ਵਾਪਸ ਆਉਂਦੇ ਹਾਂ, ਅਤੇ ਹੁਣ ਤੁਹਾਨੂੰ ਫਿਰ ਟਾਈਮ ਤੱਕ ਮਿਲਦੇ ਹਾਂ।
अज दा दिन मैं मसा लिया हाँ जी